Hablando federal y contra el bir gün en sınavda ediyorum. Burası güne yazdırıyorum. Arkaya. Bir şey sınavda gönül sınavım var. Ortaya yeni bir sınavda var ya. Bunu okuyor, değişmek yok. Bir de ormandan sonra bir tanıdım. Tamam, önce arayıp etsiniz. Hadi ormandan bir de bir ਜੇਨਾ ਪੰਡ ਪਾਠ ਹੋਵੇ ਫਿਰ ਜਾਪ ਸਾਹਿਬ ਸਾਰਾ ਕਰੀਦਾ ਸਤਿ ਸ੍ਰੀ ਅਕਾਲ ਹੋਵੇ ਪੰਜ ਕੋੜੀਆ ਪੜ ਕੇ ਨਾ ਜਿਹੜੇ ਹਿੰਦੂ ਨੇ ਤਾਂ ਰੰਗ ਗੁਰਦੇ ਰੱਖੇ ਆ ਭਾਵ ਰੱਖਦੇ ਆ ਚੁਗਾ ਪੀਣ ਵਾਲਿਆਂ ਦੇ ਥੋੜੇ ਇਹਨਾਂ ਨੇ ਮਜਬੂਰ ਸੀ ਉਹ ਤਿੰਨ ਚਾਰ ਦਿਨ ਪਹਿਲਾਂ ਇੱਕ ਮਾਨਸਾ ਲਾਗੇ ਰਲਾ ਪਿੰਡ ਰਲਾ ਉੱਥੇ ਉਦਾਸੀਆਂ ਦਾ ਰਲਾ ਹੋ ਗਿਆ ਚਹਿਲ ਕੱਠੇ ਜੋਗਾ ਰਲਾ ਕੱਠੇ ਹੀ ਪਿੰਡ ਉਦਾਸੀਆਂ ਦਾ ਡੇਰਾ ਉੱਥੇ ਮਾਰੇ ਰੱਲੇ ਪਿੰਡ ਸਥਾਨ ਆ ਉਦਾਸੀਆਂ ਦਾ ਬਹੁਤ ਵੱਡਾ ਉਹਨਾਂ ਦਾ ਆਪਸ ਵਿੱਚ ਦੋਵਾਂ ਮਾਤਾ ਦਾ ਝਗੜਾ ਹੋ ਗਿਆ ਇੱਕ ਮੰਤ ਨੇ ਦਮਦਮਾ ਸਾਹਿਬ ਜਾ ਕੇ ਸ਼ਿਕਾਇਤ ਕਰਤੀ ਇੱਕ ਮੰਤ ਨੇ ਦਮਦਮਾ ਸਾਹਿਬ ਸ਼੍ਰੋਮਣੀ ਕਮੇਟੀ ਨੂੰ ਸ਼ਿਕਾਇਤ ਕਰਤੀ ਵੀ ਇੱਥੇ 11 ਸਰੂਪ ਦੀ ਮਹਾਰਾਜ ਇੱਕ ਸਰੂਪ ਗੈਬ ਹੋ ਗਿਆ ਇੱਥੇ ਸਰੂਪਾਂ ਦੀ ਗਿਣਤੀ ਹੋ ਰਹੀ ਹੈ ਗਣਪਤ ਚੱਕਿਆ ਤਾਂ ਉਹਦੇ ਵਜ੍ਹਾ ਕੰਮ ਲੱਭਦੇ ਸ਼੍ਰੋਮਣੀ ਕਮੇਟੀ ਵਾਲੇ ਸਾਧਾ ਫਿਰ ਮੈਂ ਪੰਜਾਬੀਆਂ ਵਾਲੇ ਸਿੰਘਾਂ ਨੂੰ ਕਿਹਾ ਤੇ ਕਹਿੰਦੇ ਹਾਂ ਮਾਰਾ ਇਹਦੇ ਚੱਲੇ ਕਹਿੰਦੇ ਅਸੀਂ ਚੱਲੇ ਹਾਂ ਉੱਥੇ
ਤੇ ਜਾਣੀ ਬਚਾਅ ਹੋ ਗਿਆ, ਜਦੋਂ ਉੱਥੇ ਚੱਕ ਜਾਣੇ ਸੀ ਉਹਨਾਂ ਕਹਿਣਾ ਸੀ ਤੇ ਬਿੱਦ ਵੀ ਹੋ ਗਈ। ਬਸ ਕੈਦ ਕਰਕੇ ਐਂਤਰਾ ਕਰਕੇ ਵੀ ਬਹੁਤ ਜ਼ਿਆਦਾ ਹੁੰਦਾ ਆ। ਪ੍ਰਵਾਹ ਹੁੰਦਾ ਦਰਿਆ ਦਾ, ਜੇ ਮੈਲਾ ਪਾਣੀ ਆਉਂਦਾ ਤਾਂ ਮੈਲਾ ਹੀ ਆਉਂਦਾ। ਅੱਜ ਜਾ ਕੇ ਦਰਿਆਵਾਂ ਦੇਖੋ ਨਾ, ਕਰੇ ਜਾਂਦਾ ਪਾਣੀ ਆਉਂਦਾ ਮੈਲਾ। ਕੋਈ ਗੌਰਮੈਂਟ ਦੇ ਅਦਾਰੇ ਨੂੰ ਪੁੱਛੋ ਤੇ ਸਾਫ਼ ਕਰ ਸਕਦਾ। ਜਦੋਂ ਹੁਣ ਆਪੂ ਕਰਤਾ ਜਦੋਂ ਉਦੋਂ ਫਿਰ ਪਾਣੀ ਆਉਂਦਾ। ਅਨੇਕ ਹਜ਼ਾਰਾਂ ਭੋਗੀ ਇਹਨਾਂ ਸੰਸਾਰ ਦੇ ਪੰਜਾਬ ਦੇ ਅੰਦਰ ਜਦ ਕਾਨੂੰਨ ਦਾ ਸਮਾਂ ਆਉਣਾ ਜ਼ਮੀਨ ਉੱਡੀਆਂ ਮਾਨਤਾ ਤੇ ਹੋਈ ਆ ਵੀ ਧਰਮ ਦੇ ਜਿਹੜੇ ਆ ਗੁਰੂ ਨਾਨਕ ਸਾਹਿਬ ਜਿਹੜੇ ਉਦਾਸੀ ਬਾਬਾ ਸ਼੍ਰੀ ਚੰਦਰ ਜੀ ਨੂੰ ਉਦਾਸੀ ਜਿਹੜੇ ਆ ਉਹ ਬਾਬਾ ਸ਼੍ਰੀ ਚੰਦਰ ਜੀ ਨੂੰ ਗੁਰੂ ਨਾਨਕ ਸਾਹਿਬ ਦਿੰਦੇ ਆ। ਗੁਰੂ ਨਾਨਕ ਸਾਹਿਬ ਸ਼੍ਰੀ ਚੰਦਰ ਜੀ ਮਹਾਰਾਜ ਤੇ ਮੈਂ ਉਹਨਾਂ ਦੀ ਮਾਨਤਾ ਦੀ ਮੈਂ ਗੱਲ ਕਰਦਾ। ਗੁਰੂ ਨਾਨਕ ਸਾਹਿਬ ਤੋਂ ਨਿਕਲੇ ਸਨ। ਗੁਰੂ ਜਿਤਨੀ ਬਾਹਰ ਘਰ ਦੇਖੋ ਨਾਨਕ ਪਿਆ ਹੁੰਦਾ ਸੀ। ਹਾਂਜੀ ਆਪਣਾ ਆਸਰਾ ਜਦੋਂ ਆਪਣਾ ਕੋਈ ਘਰ ਵਿਚਾਰ ਕਰੀਏ ਜਿਵੇਂ ਉਹਨੇ ਰੋਟੀ ਦਾ ਆਸਰਾ ਹੈ ਉਹਦੇ ਬਿਨਾਂ ਕਦੇ ਨਹੀਂ ਤੁਰੇਗਾ। ਇਸੇ ਤਰ੍ਹਾਂ ਸਾਨੂੰ ਗੁਰਬਾਣੀ ਦਾ ਆਸਰਾ ਉਹ ਤਾਂ ਕਹਿੰਦੇ ਆ ਵੀ ਅਸੀਂ ਸਮੁੰਦਰ ਤੋਂ ਚੱਲੇ ਹਾਂ। ਕਾਰਨ ਕੀ ਹੈ? ਮੇਰਾ ਕਾਰਨ ਜਿਵੇਂ ਮੈਂ ਦਵਾਈ ਖਾਣ ਦਿੰਦਾ ਪਹਿਲਾਂ ਰੋਗ ਦਾ ਕਾਰਨ ਲੱਗਦਾ ਪੱਕਾ ਤਾਂ ਗਿਆ ਹੋਣਾ। ਗੁਰੂ ਨਾਨਕ ਕਿਉਂ ਕਹਿੰਦੇ ਆ ਬਈ ਉਹ ਕਿਉਂ ਕਹਿੰਦੇ ਆ ਤੁਸੀਂ ਪਹਿਲਾਂ ਦੱਸੋ ਕਿਉਂ ਕਹਿੰਦੇ ਗੁਰੂ ਨਾਨਕ ਦੇਵ ਜੀ ਗੁਰਦੁਆਰੇ ਤੋਂ ਕਬਜ਼ਾ ਕਰਨਾ ਸ਼ੁਰੂ ਕੀਤਾ ਬਣਿਆ। ਪਹਿਲਾਂ ਗੁਰਦੁਆਰੇ ਕਿਹਦੇ ਬਣੇ ਸੀ?
ਫਿਰ ਮੈਂ ਬੁੜੇ ਨੇ ਧਰਮ ਲਿਆ ਉਦਾਸੀ ਲੈ ਸਕੀ ਇਤਨੇ ਸੰਪਦਾਓ ਕੁਛ ਫਿਰ ਉਹਨਾਂ ਕੋਲ ਕਿਉਂ ਪੂਰੇ ਅੱਜ ਪਿੰਡਾਂ ਚ ਗੁਰਦੁਆਰੇ ਦੇਖੋ ਕੋਈ ਗ੍ਰੰਥੀ ਤਨਖਾਹ ਤੋਂ ਬਿਨਾਂ ਹੈ ਭਗਤੀ ਦੀ ਲਹਿਰ ਵਿੱਚ ਮੈਂ ਪ੍ਰਾਪਤ ਜਾਣ ਵਾਸਤੇ ਸਕੂਲ ਦੇ